सतनाम श्री वाहे गुरु साहिब जी। राग सूही महला पहला, घर तीजा एक ओंकार, सतगुर प्रसाद। आवहो सज्जना हौं देखा दर्शन तेरा राम, घर आपनड़े खड़ी तक्का, मैं मन चाओ कन्हेरा राम। आवहो सज्जना हौं देखा दर्शन तेरा राम, घर आपनड़े खड़ी तक्का, मैं मन चाओ कन्हेरा राम। मन चाओ कन्हेरा सुन प्रभ मेरा, मैं तेरा परवासा, दर्शन देख पई नह केवल, जन्म मरण दुख नासा। सगली जोत जाता तू सोई, मिलया पाए सुभाए, नानक साजन को बल जाइए, साच मिले घर आए। घर आई अड़े सज्जना ता तन खरी सरसी राम, हर मोहे अड़ी साच शब्द ठाकुर देख रहंसी राम। गुण संग रहंसी खरी सरसी, जा रावी रंग राते, अवगण मार गुणी घर छाया, पूरे पुरख बिधाते। तस्कर मार बसी पंचायन, अदल करे बिचारे, नानक राम नाम निस्तारा, गुरमत मिले प्यारे। वर पायड़ा बाली अड़े आसा मनसा पूरी राम, पिर रावे अड़ी सबद रली, रब रहया नह दूरी राम। प्रभ दूर ना होई कट कट सोई, तिसकी नार सबाई, आपे रसिया आपे रावे, ज्यों तिसदी बड़ियाई। अमर अडोल अमोल अपारा, गुरपुरै सच पाइय, नानक आपे जोग संजोगी, नदर करे लिव लाइय। फिर उचड़िए माड़िए तह लोआ सिर ताजा राम, हौं बिसम पई देख गुणा, अनहद शब्द अगाजा राम। शब्द विचारी करनी सारी, राम नाम निसाणो, नाम बिना खोटे नहीं ठाहर, नाम रतन परवानो। पत मत पूरी पूरा परवाना, ना आवे ना जासी, नानक गुरमुख आप पछाणे, प्रभ जैसे अविनाशी। पत मत पूरी पूरा परवाना, ना आवे ना जासी, नानक गुरमुख आप पछाणे, प्रभ जैसे अविनाशी। वाहे गुरु जी का खालसा, वाहे गुरु जी की फतेह। राग सूही महला पहला, घर तीजा एक ओंकार, सतगुर प्रसाद। हे सज्जन प्रभु आ मैं तेरा दर्शन कर सकां, हे सज्जन मैं अपने हृदय विच पूरी सावधानता नाल तेरी उड़ीक कर रही हाँ। मेरे मन विच बड़ा ही चाव है कि मैनू तेरा दर्शन होवे। हे मेरे प्रभु मेरी बेनती सुन, मेरे मन विच तेरे दर्शन लई बड़ा ही चाव है, मैनू आसरा भी तेरा ही है। हे प्रभु जिस जीव इस्त्री ने तेरा दर्शन कर लिया, वो पवित्र आत्मा हो गई, उसका जन्म मरण का दुख दूर हो गया,
ਉਸਨੇ ਸਾਰੇ ਜੀਵਾਂ ਵਿੱਚ ਤੈਨੂੰ ਹੀ ਵਸਦਾ ਪਛਾਣ ਲਿਆ। ਉਸਦੇ ਪ੍ਰੇਮ ਵਿੱਚ ਦੀ ਖਿੱਚ ਦੇ ਰਾਹੀਂ ਤੂੰ ਉਸ ਨੂੰ ਮਿਲ ਪਿਆ। ਏ ਨਾਨਕ, ਸੱਜਣ ਪ੍ਰਭੂ ਤੋਂ ਸਦਕੇ ਹੋਣਾ ਚਾਹੀਦਾ ਹੈ। ਜਿਹੜੀ ਜੀਵ ਇਸਤਰੀ ਉਸਦੇ ਸਦਾ ਸਿਰ ਨਾਮ ਵਿੱਚ ਜੁੜਦੀ ਹੈ, ਉਸਦੇ ਹਿਰਦੇ ਵਿੱਚ ਉਹ ਆਪ ਪ੍ਰਗਟਦਾ ਹੈ। ਜਦੋਂ ਸੱਜਣ ਪ੍ਰਭੂ ਜੀ ਜੀਵ ਇਸਤਰੀ ਦੇ ਹਿਰਦੇ ਘਰ ਵਿੱਚ ਪ੍ਰਗਟਦੇ ਹਨ ਤਾਂ ਜੀਵ ਇਸਤਰੀ ਬਹੁਤ ਪ੍ਰਸੰਨ ਚਿੰਤ ਹੋ ਜਾਂਦੀ ਹੈ। ਜਦੋਂ ਸਦਾ ਸਿਰ ਪ੍ਰਭੂ ਦੀ ਸਿਫ ਸਲਾਹ ਦੇ ਸ਼ਬਦ ਦੇ ਨੇ ਉਸ ਨੂੰ ਖਿੱਚ ਪਾਈ ਤਾਂ ਠਾਕੁਰ ਜੀ ਦਾ ਦਰਸ਼ਨ ਕਰਕੇ ਉਹ ਡੋਲ ਚਿੱਤ ਹੋ ਗਈ। ਜਦੋਂ ਪ੍ਰੇਮ ਰੰਗ ਵਿੱਚ ਰਤੇ ਪਰਮਾਤਮਾ ਨੇ ਜੀਵ ਇਸਤਰੀ ਨੂੰ ਆਪਣੇ ਚਰਨਾਂ ਵਿੱਚ ਜੋੜਿਆ ਤਾਂ ਉਹ ਪ੍ਰਭੂ ਦੇ ਗੁਣਾਂ ਦੀ ਯਾਦ ਵਿੱਚ ਅਡੋਲ ਆਤਮਾ ਹੋ ਗਈ ਤੇ ਬਹੁਤ ਪ੍ਰਸੰਨ ਚਿੱਤ ਹੋ ਗਈ। ਪੂਰਨ ਪੁਰਖ ਨੇ, ਸਿਰਜਣਹਾਰ ਨੇ ਉਸ ਦੇ ਅੰਦਰੋਂ ਔਗਣ ਦੂਰ ਕਰਕੇ ਉਸ ਦੇ ਹਿਰਦੇ ਨੂੰ ਗੁਣਾਂ ਨਾਲ ਭਰਪੂਰ ਕਰ ਦਿੱਤਾ। ਕਮਾਦਿਕ ਚੋਰਾਂ ਨੂੰ ਮਾਰ ਕੇ ਉਹ ਜੀਵ ਇਸਤਰੀ ਉਸ ਪ੍ਰਭੂ ਦੇ ਚਰਨਾਂ ਵਿੱਚ ਟਿਕ ਗਈ ਜੋ ਸਦਾ ਪੂਰੀ ਵਿਚਾਰ ਨਾਲ ਨਿਆਂ ਕਰਦਾ ਹੈ। ਹੇ ਨਾਨਕ, ਪਰਮਾਤਮਾ ਦੇ ਨਾਮ ਵਿੱਚ ਜੁੜਿਆ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। ਗੁਰੂ ਦੀ ਸਿੱਖਿਆ ਤੇ ਤੁਰਿਆ ਪੂਰੇ ਪ੍ਰਭੂ ਜੀ ਨੂੰ ਮਿਲ ਪਈਦਾ ਹੈ। ਜਿਸ ਜੀਵ ਇਸਤਰੀ ਨੇ ਖਸਮ ਪ੍ਰਭੂ ਲੱਭ ਲਿਆ ਉਸ ਦੀ ਹਰੇਕ ਆਸ ਉਸ ਦੀ ਹਰੇਕ ਇੱਛਾ ਪੂਰੀ ਹੋ ਗਈ। ਭਾਵ ਉਸ ਦਾ ਮਨ ਦੁਨੀਆ ਦੀਆਂ ਆਸਾਂ ਆਦਿਕ ਵੱਲ ਨਹੀਂ ਦੌੜਦਾ। ਜਿਸ ਜੀਵ ਇਸਤਰੀ ਨੂੰ ਪ੍ਰਭੂ ਪਤੀ ਨੇ ਆਪਣੇ ਚਰਨਾਂ ਨਾਲ ਜੋੜ ਲਿਆ, ਜੋ ਜੀਵ ਇਸਤਰੀ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਪ੍ਰਭੂ ਵਿੱਚ ਲੀਨ ਹੋ ਗਈ, ਉਸ ਨੂੰ ਪ੍ਰਭੂ ਹਰ ਥਾਂ ਵਿਆਪਕ ਦਿਸਦਾ ਹੈ। ਉਸ ਨੂੰ ਆਪਣੇ ਤੋਂ ਦੂਰ ਨਹੀਂ ਜਾਪਦਾ। ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਪ੍ਰਭੂ ਕਿਤੇ ਦੂਰ ਨਹੀਂ, ਹਰੇਕ ਸਰੀਰ ਵਿੱਚ ਉਹੀ ਮੌਜੂਦ ਹੈ। ਸਾਰੀਆਂ ਜੀਵ ਇਸਤਰੀਆਂ ਉਸੇ ਦੀਆਂ ਹਨ। ਉਹ ਆਪ ਹੀ ਆਨੰਦ ਦਾ ਸੋਮਾ ਹੈ, ਜਿਵੇਂ ਉਸ ਦੀ ਰਜਾ ਹੁੰਦੀ ਹੈ, ਉਹ ਆਪ ਹੀ ਆਪਣੇ ਮਿਲਾਪ ਦਾ ਆਨੰਦ ਦਿੰਦਾ ਹੈ। ਉਹ ਪਰਮਾਤਮਾ ਮੌਤ ਰਹਿਤ ਹੈ, ਮਾਇਆ ਵਿੱਚ ਡੋਲਦਾ ਨਹੀਂ, ਉਸ ਦਾ ਮੁੱਲ ਨਹੀਂ ਪੈ ਸਕਦਾ, ਭਾਵ ਕੋਈ ਪਦਾਰਥ ਉਸ ਦੇ ਬਰਾਬਰ ਨਹੀਂ। ਉਹ ਸਦਾ ਸਥਿਰ ਰਹਿਣ ਵਾਲਾ ਹੈ, ਉਹ ਬੇਅੰਤ ਹੈ, ਪੂਰੇ ਗੁਰੂ ਦੀ ਰਾਹੀਂ ਉਸ ਦੀ ਪ੍ਰਾਪਤੀ ਹੁੰਦੀ ਹੈ। ਹੇ ਨਾਨਕ, ਪ੍ਰਭੂ ਆਪ ਹੀ ਜੀਵਾਂ ਦੇ ਆਪਣੇ ਨਾਲ ਮੇਲ ਦੇ ਢੋ ਢਕਾਉਂਦਾ ਹੈ। ਜਦੋਂ ਮੇਲ ਦੀ ਨਜ਼ਰ ਕਰਦਾ ਹੈ ਤਦੋਂ ਜੀ ਉਸ ਵਿੱਚ ਸੁਰ ਜੋੜਦਾ ਹੈ। ਪ੍ਰਭੂ ਪਤੀ ਇੱਕ ਸੋਹਣੇ ਉੱਚੇ ਮਹਿਲ ਵਿੱਚ ਵੱਸਦਾ ਹੈ ਜਿੱਥੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ। ਉਹ ਤਿੰਨਾਂ ਲੋਕਾਂ ਦਾ ਨਾਥ ਹੈ। ਉਸ ਦੇ ਗੁਣ ਵੇਖ ਕੇ ਮੈਂ ਹੈਰਾਨ ਹੋ ਰਹੀ ਹਾਂ। ਚੌਹਾਂ ਪਾਸੀ ਸਾਰੇ ਸੰਸਾਰ ਵਿੱਚ ਉਸ ਦੀ ਜੀਵਨ ਰੋਹ ਇੱਕ ਰਸ ਰੁਮਕ ਰਹੀ ਹੈ। ਜਿਹੜਾ ਮਨੁੱਖ ਪ੍ਰਭੂ ਦੀ ਸਿਫ ਸਲਾਹ ਦੇ ਸ਼ਬਦ ਨੂੰ ਵਿਚਾਰਦਾ ਹੈ, ਭਾਵ ਆਪਣੇ ਮਨ ਵਿੱਚ ਵਸਾਉਂਦਾ ਹੈ, ਜਿਸ ਨੇ ਸ੍ਰੇਸ਼ਟ ਕਰਤੱਵ ਬਣਾ ਲਿਆ ਹੈ, ਜਿਸ ਦੇ ਪਾਸ ਪਰਮਾਤਮਾ ਨਾਮ ਰੂਪ ਰਾਹਦਾਰੀ ਹੈ, ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਥਾਂ ਮਿਲ ਜਾਂਦੀ ਹੈ। ਪਰ ਨਾਮਹੀਨ ਖੋਟੇ ਮਨੁੱਖ ਨੂੰ ਉਸ ਦੀ ਦਰਗਾਹ ਵਿੱਚ ਥਾਂ ਨਹੀਂ ਮਿਲਦੀ। ਪ੍ਰਭੂ ਦੇ ਦਰ ਤੇ ਪ੍ਰਭੂ ਦਾ ਨਾਮ ਰਤਨ ਹੀ ਕਬੂਲ ਹੁੰਦਾ ਹੈ। ਜਿਸ ਮਨੁੱਖ ਦੇ ਪਾਸ ਪ੍ਰਭੂ ਦਾ ਨਾਮ ਦਾ ਅਰੁਕ ਪਰਵਾਨਾ ਹੈ, ਉਸ ਨੂੰ ਪ੍ਰਭੂ ਦਰ ਤੇ ਪੂਰੀ ਇੱਜ਼ਤ ਮਿਲਦੀ ਹੈ। ਉਸ ਦੀ ਅਕਲ ਉਕਾਈ ਹੀਨ ਹੋ ਜਾਂਦੀ ਹੈ, ਉਹ ਜਨਮ ਮਰਨ ਦੇ ਗੇਟ ਤੋਂ ਬਚ ਜਾਂਦਾ ਹੈ। ਹੇ ਨਾਨਕ, ਗੁਰੂ ਦੀ ਸ਼ਰਨ ਪੈ ਕੇ ਜੋ ਮਨੁੱਖ ਆਪਣੇ ਜੀਵਨ ਨੂੰ ਪੜਤਾਲਦਾ ਹੈ, ਉਹ ਅਵਿਨਾਸੀ ਪ੍ਰਭੂ ਦਾ ਰੂਪ ਹੋ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।